ਕੌਡੀ 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 ਕੌਡੀ। ਸਤਿ ਸ਼੍ਰੀ ਅਕਾਲ ਜੀ। ਲਓ ਜੀ, ਅੱਜ ਆਪਾਂ ਹੈਗੇ ਹਾਂ ਸ਼ਾਹ ਜੀ ਸ਼ਕਰਪੁਰ ਤੋਂ, ਅਤੇ ਕੁਛ ਕੁਸ਼ਚਨ ਪੁੱਛਦੇ ਹਾਂ ਉਹਨੂੰ ਕਬੱਡੀ ਬਾਰੇ। ਤੁਸੀਂ ਜਾਣਦੇ ਹੋਵੋਗੇ, ਜਿਹੜੇ ਸਾਡੀ ਵੀਡੀਓ ਦੇਖ ਰਹੇ ਨੇ ਡੈਫੀਨੇਟਲੀ ਤੁਸੀਂ ਫੋਲੋ ਵੀ ਕਰਦੇ ਹੋਵੋਗੇ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਦੇ ਹੋ। ਅਤੇ ਹਾਂਜੀ, ਤੁਸੀਂ ਕੈਨੇਡਾ ਕਿੰਨੀ ਵਾਰ ਆ ਚੁੱਕੇ ਹੋ ਆਲਰੇਡੀ? ਜੀ, ਮੇਰਾ ਦੂਜੀ ਵਾਰ ਆ ਚੁੱਕਾ। ਦੂਜੀ ਵਾਰ ਆ ਚੁੱਕੇ? ਥੋੜ੍ਹਾ ਉੱਚੀ ਬੋਲਣਾ ਪੈਣਾ ਤੁਹਾਨੂੰ, ਕਿਉਂਕਿ ਆਪਣੇ ਮਾਈਕ ਨਹੀਂ ਹੈਗੇ ਅੱਜ। ਮੇਰਾ ਵੀਡੀਓ ਦੂਜੀ ਵਾਰ ਆ ਚੁੱਕਾ। ਦੂਜੀ ਵਾਰ ਆ ਚੁੱਕੇ ਹੋ, ਹੈ ਨਾ? ਅਤੇ ਹੁਣ ਤੁਹਾਡਾ ਮੈਚ ਕਦੋਂ ਆ? ਮੈਚ ਸੈਟਰਡੇ ਆ। ਸੈਟਰਡੇ ਨੂੰ ਬ੍ਰੈਂਪਟਨ ਦੇ ਵਿੱਚ ਮੈਚ ਹੈਗਾ, ਹੈ ਨਾ? ਹਾਂਜੀ, ਸੀਏ ਸੈਂਟਰ। ਸੀਏ ਸੈਂਟਰ ਦੇ ਵਿੱਚ ਮੈਚ ਹੈਗਾ। ਅਤੇ ਨੈਕਸਟ ਮੈਚ ਕਦੋਂ ਤੁਹਾਡਾ? 8 ਤਰੀਕ ਨੂੰ। ਨੈਕਸਟ ਫਿਰ ਨੈਕਸਟ ਮੁੜ ਕੇ ਨੈਕਸਟ ਸ਼ਨੀਵਾਰ ਨੂੰ। ਨੈਕਸਟ ਸ਼ਨੀਵਾਰ ਨੂੰ ਤੁਹਾਡਾ ਮੈਚ ਹੋਊਗਾ, ਹੈ ਨਾ? ਸੀਏ ਸੈਂਟਰ। ਓਕੇ ਓਕੇ ਓਕੇ। 8 ਤਰੀਕ ਨੂੰ ਜਿਹੜਾ ਤੁਹਾਡਾ ਹੈਗਾ ਮੈਚ, ਉਸ ਤੋਂ ਬਾਅਦ ਤੁਸੀਂ ਇੱਥੇ ਹੀ ਖੇਡਣਾ ਜਾਂ ਕਿਤੇ ਹੋਰ? ਨਹੀਂ, ਇੱਥੇ 2 ਮੈਚ ਹੋਰ ਹੋਣੇ ਆ ਟੋਰਾਂਟੋ, ਫਿਰ ਵੈਨਕੂਵਰ ਚਲੇ ਜਾਣਾ। ਉੱਥੇ ਮੈਚ ਆਉਣੇ ਆ, ਫਿਰ ਮੁੜ ਕੇ ਟੋਰਾਂਟੋ ਆਉਣਾ। ਫਿਰ ਤੁਸੀਂ ਟੋਰਾਂਟੋ ਵਾਪਸ ਆ ਜਾਣਾ, ਹੈ ਨਾ? ਪਹਿਲਾਂ ਤੁਹਾਡੇ 2 ਮੈਚ ਇੱਥੇ ਆ, ਫਿਰ ਤੁਸੀਂ ਵੈਨਕੂਵਰ ਜਾਣਾ, ਫਿਰ ਵਾਪਸ ਇੱਥੇ ਆਉਣਾ, ਹੈ ਨਾ? ਅਤੇ ਤੁਹਾਡੀ, ਮੈਂ ਇੱਕ ਕੁਐਸਚਨ ਪੁੱਛਣਾ, ਸਭ ਤੋਂ ਵੱਡੀ ਪ੍ਰਾਪਤੀ ਤੁਹਾਡੀ, ਜਿੱਦਾਂ ਕਿੰਨੇ ਸਾਲ ਹੋ ਗਏ ਤੁਹਾਨੂੰ ਇਸ ਫੀਲਡ ਦੇ ਵਿੱਚ? ਸਾਨੂੰ ਵੀ ਬਚਪਨ ਤੋਂ ਇਸ ਫੀਲਡ ਦੇ ਵਿੱਚ ਅਸੀਂ ਖੇਡ ਰਹੇ ਹਾਂ, ਕਿਉਂਕਿ ਸਾਡਾ ਬਾਪੂ ਭਲਮਾਰ ਰਿਹਾ, ਫਿਰ ਤਿੰਨੇ ਭਰਾ ਵੀ ਕਬੱਡੀ ਖੇਡਦੇ, ਚੌਥਾ ਮੈਂ ਖੇਡਦੇ। ਹਾਂਜੀ ਹਾਂਜੀ। ਚਲੋ ਫਿਰ ਤਾਂ ਬਹੁਤ ਵਧੀਆ, ਹੈ ਨਾ? ਸਾਰੀ ਟੀਮ ਹੀ ਕਬੱਡੀ ਦੀ ਹੈ, ਰਾਈਟ? ਅਤੇ ਕਿੰਨੀ ਸਭ ਤੋਂ ਵੱਡੀ ਪ੍ਰਾਪਤੀ ਤੁਹਾਡੀ ਇਸ ਗੇਮ ਤੋਂ, ਕਬੱਡੀ ਤੋਂ ਤੁਹਾਡੀ ਕਿਹੜੀ ਆ? ਜੀ, ਇਹ 'ਚੋਂ ਆਪਾਂ 7 ਟਰੈਕਟਰ ਵਿਨ ਕੀਤੇ, 4 ਗੱਡੀਆਂ ਨੇ, ਬੋਲਟਾਂ ਨੇ, ਮੋਟਰਸਾਈਕਲ ਨੇ। ਹਾਂਜੀ, ਇਹ ਕੁਛ ਪ੍ਰਾਪਤ ਕਰ ਚੁੱਕੇ ਹਾਂ। ਬਾਕੀ ਬਾਹਰ ਦੇ ਟੂਰ, ਆਸਟ੍ਰੇਲੀਆ ਹੋ ਗਿਆ, ਨਿਊਜ਼ੀਲੈਂਡ ਹੋ ਗਏ, ਯੂਰਪ ਹੋ ਗਏ, ਕੈਨੇਡਾ ਹੋ ਗਏ। ਹਾਂਜੀ। ਲਓ ਜੀ, ਫਿਰ ਆਪਾਂ ਮਿਲਦੇ ਹੈਗੇ ਹਾਂ ਬ੍ਰੈਂਪਟਨ 8 ਤਰੀਕ ਨੂੰ ਜੀ, ਸੀਏ ਸੈਂਟਰ ਟੂਰਨਾਮੈਂਟ ਆਪਾਂ ਉੱਥੇ ਮਿਲਦੇ ਆ, ਤੇ ਲਵ ਜੀ ਸਾਰੇ। ਹਾਂਜੀ ਸਾਰਿਆਂ ਨੂੰ ਜੀ, ਤੁਸੀਂ ਪਹੁੰਚਣਾ ਉੱਥੇ 8 ਤਰੀਕ ਨੂੰ, ਸੀਏ ਸੈਂਟਰ ਦੇ ਵਿੱਚ ਕਬੱਡੀ ਦਾ ਮੈਚ ਹੈਗਾ, ਤੇ ਮੈਂ ਵੀ ਆਉਂਗੀ, ਤੇ ਹੋਪਫੁਲੀ ਤੁਸੀਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋਗੇ। ਥੈਂਕ ਯੂ ਸੋ ਮਚ ਜੀ। ਐਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਵੀਡੀਓਜ਼ ਦੇਖ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ, ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ, ਤਾਂ ਜੋ ਤੁਹਾਨੂੰ ਟਾਈਮ ਸਿਰ ਨਵੀਂ ਤੋਂ ਨਵੀਂ ਅਪਡੇਟ ਮਿਲ ਸਕੇ। ਧੰਨਵਾਦ ਜੀ।